ਮਿਤੀ 20/2/24 ਨੂੰ ਗਸ਼ਤ ਦੇ ਦੌਰਾਨ ਇੱਕ ਮੁਖਬਰੀ ਸਾਨੂੰ ਇਤਲਾਹ ਮਿਲੀ ਸੀ ਕਿ ਰਾਜ ਸਿੰਘ ਪੁੱਤਰ ਬਲਕਾਰ ਸਿੰਘ ਉਰਫ ਬਾਰਾ, ਮਨਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮੁਖਤਿਆਰ ਸਿੰਘ ਵਾਸੀਆਂ ਬੁੱਢੋਵਾਲਾ, ਰਾਮ ਲਵਾਇਆ ਥੋਮਸ ਪੁੱਤਰ ਰਾਮ ਸਰੂਪ ਵਾਸੀ ਤਲਵਾੜਾ, ਸੋਨਾ ਅਤੇ ਘੁੱਗੀ, ਇਹ ਵਾਸੀਆਂ ਕੈਥਾ ਮੁਹੱਲੇ ਦੇ ਸੂਹੇ ਦੇ ਨੇ, ਜੋ ਕਿ ਬਿਆਸ ਦਰਿਆ ਪੱਸੀ ਬੇੜ ਦੇ ਨਜ਼ਦੀਕ ਦਰਿਆ ਦੇ ਕੰਢੇ ਨਸ਼ਾ ਵੇਚਣ ਦਾ ਕੰਮ ਕਰਦੇ ਨੇ। ਉਸ ਸੰਬੰਧੀ ਸਾਡੇ ਮਾਣਯੋਗ SSP ਸਾਹਿਬ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹਨਾਂ ਨਾਲ ਅਸੀਂ ਡਿਸਕਸ ਕੀਤੀ, ਉਹਨਾਂ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਉੱਥੇ ਇੱਕ ਰੇਡ ਕੀਤੀ, ਮੇਰੀ ਟੀਮ ਨੇ ਰੇਡ ਕੀਤੀ, ਜਿਹਦੇ ਵਿੱਚ ਨਾਲ ਸਾਡੀ CI ਦੀ ਟੀਮ ਸੀਗੀ ਅਤੇ SHO ਤਲਵਾੜਾ ਦੀ ਟੀਮ ਸਾਡੇ ਨਾਲ ਸੀ। ਉਸ ਰੇਡ ਦੇ ਦੌਰਾਨ ਜਦੋਂ ਅਸੀਂ ਉੱਥੇ ਪੱਸੀ ਬੇੜ ਦੇ ਦਰਿਆ ਕੰਢੇ ਨੇੜੇ ਪੁੱਜੇ ਤਾਂ ਇਹ ਜਿਨ੍ਹਾਂ ਦੇ ਤੁਹਾਨੂੰ ਮੈਂ ਦੋਸ਼ੀਆਂ ਦੇ ਨਾਮ ਦੱਸੇ ਹੈ, ਇਹ ਉੱਥੇ ਨਸ਼ੇ ਦੀ ਸਪਲਾਈ ਕਰ ਰਹੇ ਸੀਗੇ। ਉਸੇ ਦੌਰਾਨ ਜਦੋਂ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਪੁਲਿਸ ਪਾਰਟੀ ਦੇ ਉੱਪਰ ਇਹਨਾਂ ਨੇ ਫਾਇਰਿੰਗ ਸਟਾਰਟ ਕਰ ਦਿੱਤੀ ਹੈਗੀ ਹੈ, ਤਾਂ ਅਸੀਂ ਆੜ ਦਾ ਸਹਾਰਾ ਲੈ ਕੇ ਆਪਣੀ ਜਾਨ ਬਚਾਈ, ਜਿਸ ਤਹਿਤ ਅਸੀਂ ਥਾਣਾ ਦਸੂਹਾ ਦੇ ਵਿੱਚ ਗਏ। ਮੁਕੱਦਮਾ ਨੰਬਰ 47 ਅੰਡਰ ਸੈਕਸ਼ਨ 307, 353, 186 IPC ਅਤੇ 25/27/54 ਆਰਮੀ ਐਕਟ ਥਾਣਾ ਦਸੂਹਾ ਦਰਜ ਰਜਿਸਟਰ ਕੀਤਾ ਹੈਗਾ। ਇਸੇ ਤਹਿਤ ਹੀ ਅਸੀਂ ਜਦੋਂ ਪੁਲਿਸ ਪਾਰਟੀ ਨੂੰ ਦੇਖ ਕੇ ਫਿਰ ਇਹ ਮੌਕੇ ਤੋਂ ਜਿਹੜੇ ਦੋਸ਼ੀ ਫਰਾਰ ਹੋ ਗਏ, ਫਿਰ ਅਸੀਂ ਉੱਥੇ ਸਰਚ ਅਭਿਆਨ ਚਲਾਇਆ, ਆਪਣੀ ਆਪਣੇ ਵੱਖ ਵੱਖ ਟੀਮਾਂ ਬਣਾਈਆਂ। ਉਸੀ ਸਰਚ ਅਭਿਆਨ ਦੇ ਦੌਰਾਨ ਫਿਰ ASC ਅਨਿਲ ਕੁਮਾਰ ਜਦੋਂ ਚੈਕਿੰਗ ਕਰ ਰਹੇ ਸੀ ਤਾਂ ਇਹਨੂੰ ਇੱਕ ਦੋਸ਼ੀ ਜਿਸਦਾ ਨਾਮ ਰਾਮ ਲਵਾਇਆ ਥੋਮਸ ਪੁੱਤਰ ਰਾਮ ਸਰੂਪ ਵਾਸੀ ਸੁਨਾਭਾਸ਼ ਨਗਰ ਤਲਵਾੜਾ, ਇਹ ਮਿਲਿਆ, ਜਿਹਦੇ ਕੋਲੋਂ ਰਿਕਵਰੀ ਮੌਕੇ 'ਤੇ ਹੋਈ ਜੀ, ਜੋ ਕਿ 14 ਨਸ਼ੀਲੇ ਟੀਕੇ ਅਤੇ 15 ਗ੍ਰਾਮ ਹੈਰੋਨ ਬਰਾਮਦ ਹੋਈ, ਜਿਸ 'ਤੇ ਮੁਕੱਦਮਾ ਨੰਬਰ 47 ਮਿਤੀ 20/2/2024 ਅੰਡਰ ਸੈਕਸ਼ਨ 21/62/85 NDPX ਥਾਣਾ ਦਸੂਹਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਇਸੇ ਹੀ ਆਪਣੇ ਸਰਚ ਅਭਿਆਨ ਦੇ ਦੌਰਾਨ SI ਗੁਰਦੀਪ ਸਿੰਘ ਨੂੰ ਜੇਰੇ ਚੈਕਿੰਗ, ਦੋ ਦੋਸ਼ੀ ਇੱਕ ਕਮਲਪ੍ਰੀਤ ਸਿੰਘ ਪੁੱਤਰ ਊਧਮ ਸਿੰਘ ਵਾਸੀ ਖੱਖਾਂ ਥਾਣਾ ਟਾਂਡਾ ਅਤੇ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਜਹੂਰਾ ਥਾਣਾ ਟਾਂਡਾ ਮੋਟਰਸਾਈਕਲ 'ਤੇ ਮਿਲੇ, ਜਿਨ੍ਹਾਂ ਕੋਲੋਂ 15-15 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਸੋ ਇਹ ਜਿਹੜੇ ਦੋਸ਼ੀ ਸੀਗੇ, ਇਹ ਇੱਥੇ ਕਾਫੀ ਟਾਈਮ ਦੇ ਇੱਥੇ ਨਸ਼ੇ ਦੀ ਸਪਲਾਈ ਕਰਦੇ ਪਏ ਆ, ਸਾਨੂੰ ਇਹਦੀ ਆਪਣੇ ਕੋਲ ਇਨਪੁੱਟ ਸੀਗੀ ਅਤੇ ਅਸੀਂ ਕਾਫੀ ਪਹਿਲਾਂ ਵੀ ਇਹਨਾਂ 'ਤੇ ਵਰਕ ਕੀਤਾ ਹੈਗਾ। ਇਹ ਦਰਿਆ ਦਾ ਏਰੀਆ ਹੋਣ ਕਰਕੇ ਥੋੜ੍ਹਾ ਜਿਹਾ ਸੈਂਸਿਟਿਵ ਸੀਗਾ ਮਿੱਤਰ, ਪਰ ਅਸੀਂ ਵੱਖ ਵੱਖ ਜਿਹੜੀਆਂ ਮਾਣਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹੇ ਨਿਗਰਾਨੀ ਮਾਣਯੋਗ DSP ਸਾਹਿਬ ਅਤੇ SPD ਸਾਹਿਬ ਟੀਮਾਂ ਬਣਾ ਕੇ ਅਸੀਂ ਕਾਫੀ ਆਪਣੇ ਉੱਥੇ ਅਸੀਂ ਬੀੜੀਆਂ ਦਾ ਵੀ ਅਸੀਂ ਉੱਥੇ ਇਸਤੇਮਾਲ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ, ਅਤੇ ਪੁਲਿਸ ਨੇ ਬੜੀ ਉੱਥੇ ਬਹਾਦਰੀ ਦੇ ਨਾਲ ਕੰਮ ਕੀਤਾ, ਪਰ ਦੋਸ਼ੀ ਕੁਛ ਹੈਗੇ ਆ ਜਿਹੜੇ ਭੱਜਣ ਦੇ ਵਿੱਚ ਫਰਾਰ ਹੋ ਗਏ, ਅਤੇ ਅਸੀਂ ਵੱਖ ਵੱਖ ਟੀਮਾਂ ਤਿਆਰ ਕੀਤੀਆਂ ਹੈ, ਅਸੀਂ ਬਹੁਤ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ। ਅਤੇ ਇੱਕ ਗੱਲ ਇਹ ਹੈ ਵੀ ਜਿਹੜਾ ਦੋਸ਼ੀ ਆਪਣੇ ਕੋਲ ਰਾਮ ਲਵਾਇਆ, ਉਹਦੇ ਕੋਲੋਂ ਇੱਕ ਸਾਡੀ ਜਦੋਂ ਅਸੀਂ ਉਹਨੂੰ ਪੁਲਿਸ ਆਪਣੇ ਪੁੱਛਗਿੱਛ ਕੀਤੀ ਸਖਤੀ ਦੇ ਨਾਲ, ਤਾਂ ਉਹਨੇ ਇੱਕ ਜੋ ਫਾਇਰਿੰਗ ਸਾਡੇ ਦੇ ਦੌਰਾਨ ਇੱਕ ਫਾਇਰ ਕੀਤਾ ਸੀ, ਉਹਦੇ ਕੋਲ ਇੱਕ ਨਜਾਇਜ਼ ਦੇਸੀ ਕੱਟਾ ਅਤੇ ਇੱਕ ਜਿਹੜਾ ਚੱਲਿਆ ਹੋਇਆ ਖੋਲ ਬਰਾਮਦ ਹੋਇਆ। ਅਤੇ ਬਾਕੀ ਵੀ ਜਿਹੜੇ ਦੋਸ਼ੀ ਹੈਗੇ ਉਹਨਾਂ ਕੋਲ ਇਨਪੁੱਟ ਹੈਗੇ ਆ ਵੀ ਉਹਨਾਂ ਕੋਲ ਵੈਪਨ ਹੋਰ ਹੈਗੇ ਆ,
ਅਤੇ ਸਾਡੀ ਲਗਾਤਾਰ ਟੀਮ ਅਸੀਂ ਉਹਨਾਂ 'ਤੇ ਵਰਕ ਕਰ ਰਹੇ ਹੈਗੇ ਹਾਂ। ਅਤੇ ਬਾਕੀ ਵੀ ਮੇਰੀ ਇਹ ਮਾੜੇ ਸ਼ਰਾਰਤੀ ਅਨਸਰਾਂ ਨੂੰ ਜਿਹੜੇ ਨਸ਼ੇ ਦੇ ਸਮੱਗਲਰ ਨੇ ਜੋ ਵੀ ਇੱਥੇ ਹੈਗੀ ਹੈ ਸਖਤ ਚੇਤਾਵਨੀ ਹੈ ਅਤੇ ਮੈਂ ਉਹਨਾਂ ਨੂੰ ਚੈਲੇਂਜ ਕਰਦਾ ਜੀ ਉਹ ਚੈਲੇਂਜ ਕਰਨ 'ਤੇ ਕੰਮ ਕਰ ਰਹੇ ਅਤੇ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ।